हेलो गाइस, हाउ आर यू। माय नेम इज गगनदीप सिंह एंड वेलकम इन द पंजाबी ट्यूटर। सो इस वीडियो दे विच मैं तुहाडे तो जो एक्सरसाइज करवाउन जा रहा उहदे नाल तुहानू खुद नू पता लग जूगा कि तुसी रीडिंग दे विच लाइक कित्थे करदे हो। तो जे तुसी ये टेस्ट दे विच फेल हुंदे हो तां तुहानू बहुत ज़्यादा हार्ड वर्क करन दी लोड़ आ। फिर तुसी ये चीज़ नू मामूली नहीं समझ सकते, तुहानू थोड़ा जिहा फिर इहदे ते सीरीयस हो के काम करना पैना वा, क्योंकि फिर तुहानू इग्जाम फिल कीते दा कोई फायदा नहीं खास। अपनी पहला फिर स्किल ते डेवलप ਉਹਨੂੰ ਯਾਨੀ ਕਿ ਡਿਵੈਲਪ ਕਰੋ ਉਹਨੂੰ, ਫਿਰ ਜਾ ਕੇ ਇਗਜ਼ਾਮ ਦੇ ਵਿੱਚ ਅਪੀਅਰ ਹੋਇਓ। ਕੋਈ ਡੀਮੋਟੀਵੇਟ ਨਹੀਂ ਕਰਨਾ ਚਾਹੁੰਦਾ, ਟਰੁੱਥ ਟਰੁੱਥ ਹੁੰਦੀ ਹੈ। ਓਕੇ ਜੀ, ਜੇ ਤੁਹਾਡੇ ਵਿੱਚ ਕਿਸੇ ਚੀਜ਼ ਦੀ ਅਬਿਲਿਟੀ ਹੈ ਨਹੀਂ ਗੀ ਤਾਂ ਹੈ ਨਹੀਂ ਗੀ। ਜੇ ਤੁਹਾਨੂੰ ਕੋਈ ਝੂਠਾ ਕਹਿ ਰਿਹਾ ਵਾ ਕਿ ਨਹੀਂ ਜੀ ਤੁਸੀਂ ਠੀਕ ਹੋ, ਤੁਸੀਂ ਕਾਬਿਲ ਹੋ, ਤਾਂ ਮੋਟੀਵੇਟ ਹਮੇਸ਼ਾ ਸਹੀ ਤਰੀਕੇ ਨਾਲ ਹੋਈਦਾ ਹੁੰਦਾ। ਗਲਤ ਤਰੀਕੇ ਦੇ ਨਾਲ ਮੋਟੀਵੇਟ ਹੋਇਆ ਬੰਦਾ ਗਾਂ ਜਾ ਕੇ ਫਿਰ ਫੇਲਰ ਉਹਨੂੰ ਫੇਸ ਕਰਨੀ ਪੈਂਦੀ ਹੈ। ਤੁਹਾਡੇ ਸਾਹਮਣੇ ਸੈਂਟੈਂਸ ਸ਼ੋ ਹੋ ਰਿਹਾ, ਇਹ ਤੁਹਾਨੂੰ ਇੰਟਰਨੈਟ ਦੇ ਵਿੱਚ ਕਿਤੇ ਵੀ ਨਹੀਂ ਮਿਲੂਗਾ, ਕਿਸੇ ਵੀ ਰੀਡਿੰਗ ਦੀ ਲਾਈਨ ਨਹੀਂ, ਕਿਉਂਕਿ ਮੈਂ ਇਹਨੂੰ ਵੀਡੀਓ ਬਣਾਉਣ ਤੋਂ ਪਹਿਲਾਂ ਆਪਦਾ ਖੁਦ ਇਹ ਡਿਜ਼ਾਈਨ ਕੀਤਾ ਸੈਂਟੈਂਸ, ਮੈਂ ਮਾਈਂਡ ਦੇ ਵਿੱਚ ਸੋਚਿਆ, ਬਾਅਦ 'ਚੋਂ ਮੈਂ ਉਹਨੂੰ ਲਿਖਿਆ। ਤੁਹਾਨੂੰ ਤੁਸੀਂ ਸਰਚ ਮਾਰ ਕੇ ਦੇਖ ਦਿਓ ਕਿਸੇ ਵੀ ਰੀਡਿੰਗ ਦੇ ਵਿੱਚ, ਜੇ ਤੁਹਾਨੂੰ ਇਹ ਸੈਂਟੈਂਸ ਲੱਭ ਗਿਆ ਤਾਂ ਮੈਨੂੰ ਉਹਦਾ ਸਕਰੀਨਸ਼ਾਟ ਸੈਂਡ ਕਰ ਦਿਓ। ਓਕੇ, ਸੋ ਧਿਆਨ ਨਾਲ ਦੇਖਿਓ, ਤੁਹਾਡੀ ਸਕਰੀਨ ਦੇ ਸਾਹਮਣੇ ਆ ਸਿਲੈਕਟਡ ਸਬਜੈਕਟਸ ਹੂ ਅੰਡਰਵੈਂਟ ਸੈਵਰਲ ਸਟੇਜਸ ਅਰੇਂਜਿੰਗ ਫਰੋਮ ਫਿਜ਼ੀਕਲ ਪ੍ਰੋਬਲਮਸ ਟੂ ਕੋਗਨੇਟਿਵ ਸਕਿੱਲਸ ਸ਼ੋਡ ਸਟਾਰਟਲਿੰਗ ਰਿਜ਼ਲਟਸ ਆਫਟਰ ਫਿਊ ਡੇਜ਼ ਆਫ ਐਕਸਪੈਰੀਮੈਂਟ। ਮੈਂ ਚਾਹੁੰਦਾ ਕਿ ਤੁਸੀਂ ਇਹ ਲਾਈਨ ਨੂੰ ਟਰਾਂਸਲੇਟ ਕਰਕੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਇਹਦਾ ਮੀਨਿੰਗ ਦੱਸੋ। ਜਿਹੜੇ ਸਟੂਡੈਂਟਸ ਨੂੰ ਇਹਨਾਂ ਵਿੱਚੋਂ ਕੁਝ ਕੁ ਵਰਡ ਤੰਗ ਕਰ ਰਹੇ ਆ, ਉਹਨਾਂ ਦੀ ਵਜ੍ਹਾ ਕਾਰਨ ਉਹਨਾਂ ਤੋਂ ਇਹ ਟਰਾਂਸਲੇਸ਼ਨ ਨਹੀਂ ਹੋ ਪਾ ਰਹੀ, ਤਾਂ ਮੈਂ ਤੁਹਾਨੂੰ ਦੱਸ ਦੇਵਾਂ, ਮੇਰੇ ਜੋ ਭੈਣ ਅਤੇ ਭਰਾ ਜਿਨ੍ਹਾਂ ਨੂੰ ਇਹ ਟਰਾਂਸਲੇਟ ਨਹੀਂ ਕਰਨਾ ਆ ਰਿਹਾ, ਤਾਂ ਪਲੀਜ਼ ਇਹਦੇ ਵਿੱਚ ਇੰਨੇ ਕੁ ਜ਼ਿਆਦਾ ਸਿੰਪਲ ਵਰਡ ਆ ਜਿਹਦਾ ਕਿਸੇ ਕੋਈ ਫੀਲਡ ਨਾਲ ਕੋਈ ਲੈਣਾ ਦੇਣਾ ਹੈ ਨਹੀਂ। ਇਹ ਚੀਜ਼ ਨਹੀਂ ਡਿਪੈਂਡ ਕਰਦੀ ਕਿ ਤੁਸੀਂ ਸਾਇੰਸ ਨੂੰ ਬਿਲੋਂਗ ਕਰਦੇ ਹੋ, ਤੁਹਾਡੀ ਕਮਰਸ ਫੀਲਡ ਆ, ਬੀ ਕੌਮ ਆ, ਇਹ ਤਾਂ ਬੜੀ ਹੀ ਬੇਸਿਕ ਰੀਡਿੰਗ ਦੇ ਫੇਵਰੇਟ ਵਰਡ ਆ ਜਿਹਦੇ ਵਿੱਚ ਇਹਦੇ ਵਿੱਚ ਮੈਂ ਟਾਰਗੇਟ ਕੀਤੇ ਆ। ਕੋਈ ਜ਼ਿਆਦਾ ਇੱਦਾਂ ਨਹੀਂ ਕਿ ਬਹੁਤ ਹਾਈ ਲੈਵਲ ਦੇ ਮੈਂ ਵਰਡ ਚੱਕ ਲਿਆ, ਇਹਦੇ ਵਿੱਚ ਕੋਗਨੀਟਿਵ ਆ ਗਿਆ, ਸਬਜੈਕਟਸ ਆ ਗਿਆ, ਇੱਦਾਂ ਦੇ ਵਰਡ ਤੁਸੀਂ ਨੋਰਮਲੀ ਰੀਡਿੰਗ ਦੇ ਵਿੱਚ ਦੂਜੇ ਤੀਜੇ ਦਿਨ ਦੇਖਦੇ ਹੋ। ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸੋ ਕਿ ਹਾਂਜੀ ਸਰ, ਇਹ ਵਰਡਸ ਅਸੀਂ ਨੈਚੁਰਲੀ ਡੇਲੀ ਬੇਸਿਸ 'ਤੇ ਦੇਖਦੇ ਹਾਂ, ਤਾਂ ਮੈਨੂੰ ਇਹਦਾ ਟਰਾਂਸਲੇਟ ਕਰਕੇ ਇਹਦਾ ਮਤਲਬ ਦੱਸੋ। ਅਤੇ ਜਿਹੜੇ ਟਰਾਂਸਲੇਸ਼ਨ 'ਚੋਂ ਵੀਕ ਆ, ਜਿਨ੍ਹਾਂ ਨੂੰ ਟਰਾਂਸਲੇਸ਼ਨ ਨਹੀਂ ਹੋ ਪਾ ਰਹੀ, ਤਾਂ ਉਹਨਾਂ ਨੂੰ ਮੇਰੀ ਇੱਕ ਰਿਕੁਐਸਟ ਆ, ਟਾਈਮ ਵੇਸਟ ਨਾ ਕਰੋ, ਮਿਹਨਤ 'ਤੇ ਧਿਆਨ ਦਿਓ, ਵੋਕੈਬਲਰੀ ਵੀ ਨਾਲ ਨਾਲ ਸਿੱਖੋ, ਕਿਉਂਕਿ ਵੋਕੈਬਲਰੀ ਸੋਲ ਹੁੰਦੀ ਆ ਰੀਡਿੰਗ ਦੀ। ਤੁਹਾਨੂੰ ਵੋਕੈਬ ਥੋੜ੍ਹੀ ਕਿ ਇੰਨੀ ਤਾਂ ਸਿੱਖਣੀ ਪੈਣੀ ਆ। ਇਹਨਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜਦੋਂ ਕੋਈ ਟ੍ਰੇਨਰ ਤੁਹਾਨੂੰ ਐਨਾਲਾਈਜ਼ ਕਰਵਾਉਂਦਾ ਰੀਡਿੰਗ ਦਾ, ਤਾਂ ਧਿਆਨ ਨਾਲ ਗੌਰ ਰੱਖ ਕੇ ਦੇਖਿਓ, ਟ੍ਰੇਨਰ ਨੂੰ ਸਾਰੇ ਮੀਨਿੰਗ ਪਤਾ ਹੁੰਦੇ ਆ, ਤਾਂ ਹੀ ਉਹ ਟਰਾਂਸਲੇਟ ਕਰਵਾ ਕੇ ਤੁਹਾਨੂੰ ਆਨਸਰ ਦੱਸ ਰਿਹਾ ਵਾ। ਜੇ ਖੁਦ ਹੀ ਉਹਨਾਂ ਨੂੰ ਮੀਨਿੰਗ ਨਾ ਪਤਾ ਹੋਣ, ਤਾਂ ਇਹ ਕਿਵੇਂ ਪੋਸੀਬਲ ਆ ਕਿ ਤੁਹਾਨੂੰ ਕੋਈ ਬੰਦਾ ਆਨਸਰ ਦੱਸ ਦੇਵੇ ਕਿ ਆਹ ਵਾਲਾ ਆਇਆ ਵਾ। ਤਾਂ ਕਰਕੇ ਤੁਹਾਨੂੰ ਇਹ ਚੀਜ਼ ਇੱਕ ਮਾਇੰਡ 'ਚ ਰੱਖਣੀ ਪੈਣੀ ਹੈ ਕਿ ਜੇ ਮੇਰਾ ਸਾਹਮਣੇ ਵਾਲਾ ਬੰਦਾ ਜਿਹਨੂੰ ਇਹ ਮੀਨਿੰਗ ਪਤਾ, ਇਹ ਪੰਜਾਬੀ 'ਚ ਪੜ੍ਹ ਕੇ ਮੈਨੂੰ ਆਨਸਰ ਦੱਸ ਰਿਹਾ ਵਾ, ਇਹਦਾ ਮਤਲਬ ਮੈਨੂੰ ਵੀ ਸਕਿੱਲ ਤਾਂ ਡਿਵੈਲਪ ਕਰਨੀ ਪੈਣੀ ਆ ਆਪਦੀ। ਜੇ ਮੈਨੂੰ ਵਰਡ ਦਾ ਮੀਨਿੰਗ ਹੀ ਪਤਾ ਹੋਊ, ਉੱਥੇ ਕੋਈ ਟ੍ਰੇਨਰ ਕੋਈ ਸੈਂਟਰ ਕੰਮ ਨਹੀਂ ਕਰਨਾ। ਸੋ ਗਾਈਜ਼ ਮੈਨੂੰ ਦੱਸੋ, ਜ਼ਿਆਦਾ ਵੱਡੀ ਵੀਡੀਓ ਨਹੀਂ ਬਣਾਵਾਂਗੇ, ਨਿੱਕਾ ਤੁਹਾਡਾ ਇੱਕ ਟੈਸਟ ਆ। ਓਕੇ ਗਾਈਜ਼, ਮਿਲਦੇ ਹਾਂ, ਤੁਹਾਨੂੰ ਦੱਸੋ ਕਿ ਇਹਦੀ ਕੀ ਟ੍ਰਾਂਸਲੇਸ਼ਨ ਹੋਊਗੀ।